ਬੇਹੱਦ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਇੱਕ ਨੌਜਵਾਨ ਦੀ ਚੜੀ ਜਵਾਨੀ ਦੇ ਵਿੱਚ ਮੌਤ ਹੋ ਚੁੱਕੀ ਹੈ। ਦਰਅਸਲ ਗੱਡੀ ਦੇ ਵਿੱਚ ਸਵਾਰ ਹੋ ਕੇ ਇਹ ਨੌਜਵਾਨ ਜਾ ਰਿਹਾ ਸੀ, ਸਕੂਲ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਸੀ, ਜਿਸ ਦੀ ਕਿ ਗੱਡੀ ਦਾ ਅਚਾਨਕ ਸੰਤੁਲਨ ਵਿਗੜ ਜਾਂਦਾ ਹੈ ਅਤੇ ਸਿੱਧੀ ਇਹ ਗੱਡੀ ਜਾ ਕੇ ਦਰਖਤ ਦੇ ਨਾਲ ਟਕਰਾਉਂਦੀ ਹੈ, ਜਿਸ ਤੋਂ ਬਾਅਦ ਗੱਡੀ ਦੇ ਚਿਥੜੇ ਉੱਡ ਜਾਂਦੇ ਨੇ। ਬਿਲਕੁਲ ਗੱਡੀ ਕਬਾੜ ਬਣ ਚੁੱਕੀ ਹੈ ਅਤੇ ਹਾਲਾਤ ਇਸ ਗੱਡੀ ਦੇ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਮੌਕੇ ਦੇ ਉੱਤੇ JCB ਮਸ਼ੀਨ ਬੁਲਾਉਣੀ ਪਈ ਹੈ ਤਾਂ ਕਿ ਇਸ ਗੱਡੀ ਦੇ ਵਿੱਚੋਂ ਨੌਜਵਾਨ ਨੂੰ ਬਾਹਰ ਕੱਢਿਆ ਜਾ ਸਕੇ। ਬੇਹੱਦ ਮੰਦਭਾਗਾ ਇਹ ਹਾਦਸਾ ਭਗਤਾ ਭਾਈ ਦੇ ਨਜ਼ਦੀਕ ਵਾਪਰਿਆ, ਜਿੱਥੇ ਕਿ ਭਗਤਾ ਭਾਈ ਦੇ ਨਜ਼ਦੀਕ ਬਾਜਾਖਾਨਾ ਬਰਨਾਲਾ ਰੋਡ ਦੇ ਉੱਤੇ ਇਹ ਕਾਰ ਦਰਖਤ ਨਾਲ ਟਕਰਾ ਜਾਂਦੀ ਹੈ ਅਤੇ ਨੌਜਵਾਨ ਜਿਹੜਾ ਕਿ +1 ਦੇ ਵਿੱਚ ਪੜ੍ਹਦਾ ਸੀ, ਦਿੱਲੀ ਪਬਲਿਕ ਸਕੂਲ ਬਠਿੰਡਾ ਦਾ ਵਿਦਿਆਰਥੀ ਸੀ, ਅਚਾਨਕ ਉਸਦੀ ਮੌਤ ਹੋ ਜਾਂਦੀ ਹੈ। ਸਕੂਲ ਦੀ ਵਰਦੀ ਪਾਈ ਹੋਈ ਸੀ, ਗੱਡੀ ਦੇ ਵਿੱਚ ਸਵਾਰ ਹੋ ਕੇ ਸਕੂਲ ਜਾ ਰਿਹਾ ਸੀ ਜਾਂ ਫਿਰ ਕਿਤੇ ਹੋਰ ਜਾ ਰਿਹਾ ਸੀ, ਇਸ ਬਾਰੇ ਕੋਈ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆ ਸਕੀ। ਪਰ ਦੱਸਿਆ ਜਾ ਰਿਹਾ ਕਿ ਮ੍ਰਿਤਕ ਨੌਜਵਾਨ ਮੋਗਾ ਦਾ ਰਹਿਣ ਵਾਲਾ ਸੀ, ਜੋ ਕਿ ਆਪਣੇ ਨਾਨਕੇ ਪਿੰਡ ਸੀਰੀਏ ਵਾਲਾ ਵਿਖੇ ਰਹਿੰਦਾ ਸੀ। ਬੜੀ ਮੁਸ਼ਕਿਲ ਦੇ ਨਾਲ JCB ਮਸ਼ੀਨ ਦੇ ਨਾਲ ਇਸ ਗੱਡੀ ਦੇ ਵਿੱਚ ਸਵਾਰ ਇਸ ਨੌਜਵਾਨ ਨੂੰ ਬਾਹਰ ਕੱਢਿਆ ਜਾਂਦਾ ਤਾਂ ਗੱਡੀ ਬਿਲਕੁਲ ਖਤਮ ਹੋ ਚੁੱਕੀ ਹੈ, ਬਿਲਕੁਲ ਕਬਾੜ ਬਣ ਚੁੱਕੀ ਹੈ। ਜੇਕਰ ਇਹ ਕਹਿ ਲਈਏ ਕਿ ਦਰਖਤ ਦੇ ਨਾਲ ਟਕਰਾਉਣ ਤੋਂ ਬਾਅਦ ਗੱਡੀ ਬਿਲਕੁਲ ਕੰਡਮ ਦੇ ਨਾਲ ਨਾਲ ਚਿੱਬ ਚੁੱਕੀ ਹੈ ਤਾਂ ਕਹਿਣਾ ਕੋਈ ਗਲਤ ਨਹੀਂ ਹੋਏਗਾ, ਕਿਉਂਕਿ ਇਸ ਗੱਡੀ ਦੇ ਹਾਲਾਤ ਇਹ ਬਣੇ ਹੋਏ ਨੇ ਕਿ ਮੌਕੇ ਦੇ ਉੱਤੇ ਮੌਜੂਦ ਲੋਕਾਂ ਦੇ ਵੱਲੋਂ JCB ਮਸ਼ੀਨ ਨੂੰ ਬੁਲਾਉਣਾ ਪਿਆ ਤਾਂ ਕਿ ਇਸ ਮ੍ਰਿਤਕ ਨੌਜਵਾਨ ਨੂੰ ਬਾਹਰ ਕੱਢਿਆ ਜਾ ਸਕੇ। ਇਸ ਨੌਜਵਾਨ ਨੇ ਸਕੂਲ ਦੀ ਵਰਦੀ ਪਾਈ ਹੋਈ ਸੀ, ਦਿੱਲੀ ਨੰਬਰ ਦੀ ਇਹ ਗੱਡੀ ਦੱਸੀ ਜਾ ਰਹੀ ਹੈ। ਇਹ ਨੌਜਵਾਨ ਕਿੱਥੇ ਜਾ ਰਿਹਾ ਸੀ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ, ਪਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ, ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਬੇਹੱਦ ਮੰਦਭਾਗਾ ਹਾਦਸਾ ਇਹ ਵਾਪਰਿਆ, ਇੱਕ ਘਰ ਦਾ ਚਿਰਾਗ ਬੁੱਝ ਚੁੱਕਿਆ ਹੈ। ਸਕੂਲ ਜਾ ਰਿਹਾ ਸੀ, ਸਕੂਲ ਕਿਉਂਕਿ ਸਕੂਲ ਦੀ ਵਰਦੀ ਪਾਈ ਹੋਈ ਸੀ, ਪਰ ਰਸਤੇ ਦੇ ਵਿੱਚ ਮੌਤ ਨੇ ਇਸ ਕਦਰ ਘੇਰਾ ਪਾ ਲਿਆ। ਹਾਲਾਂਕਿ ਮੌਕੇ ਤੇ ਮੌਜੂਦ ਲੋਕਾਂ ਦੇ ਮੁਤਾਬਿਕ ਇਸ ਨੌਜਵਾਨ ਦੀ ਗੱਡੀ ਦੀ ਸਪੀਡ ਕਾਫੀ ਜ਼ਿਆਦਾ ਦੱਸੀ ਜਾ ਰਹੀ ਸੀ, ਜਿਸ ਕਰਕੇ ਇਹ ਦਰਖਤ ਨਾਲ ਟਕਰਾਉਂਦੀ ਹੈ। ਹਾਲਾਂਕਿ ਇਸ ਹਾਦਸੇ ਦੇ ਅਸਲ ਕਾਰਨ ਕੀ ਨੇ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ, ਪਰ ਚੜ੍ਹਦੀ ਸਵੇਰ ਇੱਕ ਘਰ ਦੇ ਵਿੱਚ ਕੀਰਨੇ ਪੈ ਰਹੇ ਨੇ। ਸਕੂਲ ਦੀ ਵਰਦੀ ਪਾ ਕੇ ਮਾਸੂਮ ਬੱਚਾ ਜਿਹੜਾ ਕਿ +1 ਦੇ ਵਿੱਚ ਪੜ੍ਹਦਾ ਸੀ, ਸਕੂਲ ਜਾ ਰਿਹਾ ਸੀ ਜਾਂ ਕਿਤੇ ਹੋਰ ਜਾ ਰਿਹਾ ਸੀ, ਰਸਤੇ ਦੇ ਵਿੱਚ ਉਸਨੂੰ ਮੌਤ ਘੇਰਾ ਪਾ ਲੈਂਦੀ ਹੈ ਅਤੇ ਮੌਤ ਵੀ ਇੰਨੀ ਭਿਆਨਕ ਆਉਂਦੀ ਹੈ ਕਿ ਉਸਦੀ ਗੱਡੀ ਬਿਲਕੁਲ ਕੰਡਮ ਹੋ ਜਾਂਦੀ ਹੈ ਅਤੇ JCB ਮਸ਼ੀਨ ਬੁਲਾਉਣੀ ਪੈਂਦੀ ਹੈ ਤਾਂ ਕਿ ਇਸ ਗੱਡੀ ਦੇ ਵਿੱਚ ਸਵਾਰ ਨੌਜਵਾਨ ਨੂੰ ਬਾਹਰ ਕੱਢਿਆ ਜਾ ਸਕੇ। ਸਾਰਾ ਕੁਛ ਸਾਰਾ ਕੁਛ ਪਾ ਦੇਣਾ, ਕੋਈ ਨਹੀਂ। ਸਕੂਲ ਦਾ ਬੱਚਾ, ਦਿੱਲੀ ਪਬਲਿਕ ਸਕੂਲ ਦੀਆਂ ਕਿਤਾਬਾਂ ਉਹਦੇ ਵਿੱਚ ਹੈ। ਬਾਰੀ ਖਿੱਚ ਲੈ, ਬਾਰੀ ਨਿਕਲਦੀ ਹੈ ਤਾਂ ਆ ਗਿਆ।